ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੁਸ਼ਿਆਰਪੁਰ ਦੇ ਪਿੰਡ ਧੋਗਾ ਨਿਆਣੇਵਾਲ ਜੱਟਾਂ ਵਿਖੇ 21ਵਾਂ ਸਾਲਾਨਾ ਗੁਰਮਤਿ ਸਮਾਗਮ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਸੇਵਾਦਾਰ ਸੰਤ ਬਾਬਾ ਸ਼ਤਰੰਜਨ ਸਿੰਘ ਜੀ ਦੀ ਰੇਖ ਦੇਖ ਹੇਠ ਬੜੀ ਸ਼ਰਧਾ ਪੂਰਵਕ ਢੰਗ ਨਾਲ ਮਨਾਇਆ ਗਿਆ ਅਤੇ ਮੈਡੀਕਲ ਕੈਂਪ ਵੀ ਲਗਾਏ ਗਏ। ਇਸ ਮੌਕੇ 'ਤੇ ਪੰਜਾਬ ਦੇ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਹਾਜ਼ਰ ਸੰਗਤਾਂ ਨੂੰ ਆਪਣੇ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ ਅਤੇ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ। ਵਿਸ਼ੇਸ਼ ਰਿਪੋਰਟ ਹੁਸ਼ਿਆਰਪੁਰ ਨਿਊਜ਼ ਦੇ ਨਾਲ ਮੁਕੇਸ਼ ਕੁਮਾਰ। ਸੇਖੋਵਾਲ ਵਾਲੇ ਪਹੁੰਚੇ ਨੇ, ਉਹਨਾਂ ਦੇ ਵਿਜੀਆਂ ਨੂੰ ਬਾਬਾ ਜੀ ਨੂੰ ਬੇਨਤੀ ਹੈ ਕਿ ਮਹਾਂਪੁਰਖਾਂ ਦਾ ਸਨਮਾਨ ਕਰਨ ਅਤੇ ਸਾਡੇ ਕੋਲ ਖੇਤੀ ਤੌਰ 'ਤੇ ਸਰਦਾਰ ਸੰਗਤ ਸਿੰਘ ਜੀ ਗਿਰਜੀਆਂ ਵਾਲੇ MLA ਚਾਂਡਾ ਮਹਾਂਪੁਰਖਾਂ ਦੀ ਮਿੱਠੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਾਜ਼ਰੀ ਦੇ ਵਿੱਚ। ਇਲਾਕੇ ਭਰ ਤੋਂ ਆਏ ਸਾਰੇ ਕਾਰਜੋ ਮੇਰੇ ਬਜ਼ੁਰਗ, ਮੇਰੇ ਵੀਰ, ਮੇਰੀਆਂ ਮਸਾਵਾਂ, ਮੇਰੀਆਂ ਭੈਣਾਂ, ਮਹਾਂਪੁਰਖ ਸਾਰੇ ਬੈਠੇ ਨੇ ਜਿਹੜੇ ਜਿਹੜੇ ਵੀ ਡੇਰੇ ਦੀ ਸੇਵਾ ਕਰਦੇ ਨੇ ਅਤੇ ਸਾਰੇ ਪ੍ਰੈਸ ਵਾਲੇ ਵੀ, ਇਲੈਕਟ੍ਰੋਨਿਕ ਮੀਡੀਆ ਸਾਰੇ ਹੀ ਤੁਸੀਂ ਅੱਜ ਇਸ ਸਮਾਗਮ ਦੇ ਵਿੱਚ ਇਕੱਠੇ ਹੋਏ ਹੋ। ਕੀਰਤਨ ਦਾ ਬਾਅਦ ਚੱਲ ਰਿਹਾ ਹੈ, ਕਾਫੀ ਲੰਬੇ ਸਮੇਂ ਤੋਂ ਗਰਮੀ ਵੀ ਬਹੁਤ ਹੈ ਪਰ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਡੇਰੇ ਨਾਲ ਪਿਆਰ ਕਰਦੇ ਹੋ, ਵਾਹਿਗੁਰੂ ਬਾਬਾ ਠਾਕਰ ਦਾ ਸਿੰਘ ਜੀ ਦਾ ਪਿਆਰ ਕਰਦੇ ਹੋ, ਬਾਬਾ ਸੁਖਮਨੀ ਸਿੰਘ ਜੀ ਦਾ ਪਿਆਰ ਕਰਦੇ ਹੋ। ਇੰਨੀ ਗਰਮੀ ਦੇ ਵਿੱਚ ਵੀ ਤੁਸੀਂ ਪਹੁੰਚਦੇ ਹੋ, ਦਸ ਨੂੰ ਵੀ ਹਰ ਸਾਲ ਆਉਣ ਦਾ ਮੌਕਾ ਮਿਲਦਾ ਅਤੇ ਮੇਰਾ ਵੀ ਮਹਾਂਪੁਰਖਾਂ ਦਾ ਬਹੁਤ ਜ਼ਿਆਦਾ ਪਿਆਰ ਹੈ। ਸਾਥੀ ਉਹ ਬੰਦਾ ਉੱਥੇ, ਇਨਸਾਨ ਉੱਥੇ ਜਾਂਦਾ ਹੈ ਜਿੱਥੇ ਕੁਝ ਮਿਲਦਾ। ਸੁਖੀਏ
ਆਪ ਸਮੂਹ ਸੰਗਤਾਂ ਦੇ ਚਾਨਣਾਂ ਵਿਖੇ ਹਾਜ਼ਰ ਹੋਇਆ ਹਾਂ। ਆਪ ਸਾਰੀਆਂ ਸੰਗਤਾਂ ਧੰਤਾ ਦੇ ਯੋਗ ਹੋ ਜੋ ਇੰਨੀ ਗਰਮੀ ਵਿੱਚ ਮਹਾਂਪੁਰਸ਼ਾਂ ਦੇ ਸੱਦੇ ਸਾਹਿਬ ਜੀ ਦੇ ਸਮਰਪਿਤ ਅਤੇ ਬਾਬਾ ਠਾਕੁਰ ਸਿੰਘ ਸਾਹਿਬ ਜੀ ਨੂੰ ਉਹਨਾਂ ਦੇ ਪਾਵਨ ਪਵਿੱਤਰ ਜੀਵਨ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ ਸੰਤ ਬਾਬਾ ਸਤਰਚਨ ਸਿੰਘ ਜੀ ਵੱਲੋਂ। ਸੋ ਇਹ ਮਹਾਨ ਉਪਰਾਲਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੇ ਕਿਰਪਾ ਕਰਦੇ ਹਨ। ਪਾਤਸ਼ਾਹੀਆਂ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਸਾਡੇ ਵਿੱਚ ਸੁਸ਼ੋਭਿਤ ਹਨ ਤੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਜੁੜ ਕਰਕੇ ਪਰੋਪਕਾਰ ਵਾਸਤੇ ਹੁੰਦੇ ਨੇ ਆਪ ਜੁੜਦੇ ਨੇ ਤੇ ਸੰਗਤਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਹਨ। ਪਰੋਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸੋ ਲੈਣ ਮਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸਿੱਧੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸਿਰ ਤਨ ਜਾਤੇ ਪੱਖਾ ਫੇਰੀ ਪਾਣੀ ਧੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਹੋਈਆਂ ਭੁੱਲਾਂ ਦੀ ਖਮਾ। ਸ੍ਰੀ ਮਾਨ ਸੰਤ ਬਾਬਾ ਸਤਰੰਜਨ ਸਿੰਘ ਜੀ ਸੈਕਟਰੀ ਸਾਹਿਬ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
ਸੰਤਾਂ।